ਕਿਸਾਨੀ ਅੰਦੋਲਨ 2.0 ਦਾ ਅੱਜ ਤੀਜਾ ਦਿਨ ਨੇ। ਕਿਸਾਨਾਂ ਦੇ ਵੱਲੋਂ ਲਗਾਤਾਰ ਹਰਿਆਣਾ ਦੇ ਜਿਹੜੇ ਬਾਰਡਰ ਏ ਉਹ ਮਲੱਕੇ ਹੋਏ ਨੇ ਅਤੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਜੇਕਰ ਉੱਥੇ ਹੀ ਗੱਲ ਕੀਤੀ ਜਾਵੇ ਹਰਿਆਣਾ ਸਰਕਾਰ ਦੀ, ਤਾਂ ਉਸਦੇ ਵੱਲੋਂ ਵੀ ਲਗਾਤਾਰ ਕਿਸਾਨਾਂ ਨੂੰ ਰੋਕਣ ਦੇ ਜਿਹੜੇ ਯਤਨ ਨੇ ਉਹ ਲਗਾਤਾਰ ਕੀਤੇ ਜਾ ਰਹੇ ਨੇ। ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਚਾਹੇ ਉਹ ਖਨੌਰੀ ਬਾਰਡਰ ਤੋਂ ਹੋਵੇ ਜਾਂ ਸ਼ੰਭੂ ਬਾਰਡਰ ਤੋਂ ਹੋਵੇ, ਜਿੱਥੋਂ ਦੇਖਿਆ ਜਾ ਸਕਦਾ ਕਿ ਕਿਵੇਂ ਹਰਿਆਣਾ ਜਿਹੜੀ ਸਰਕਾਰ ਹੈ ਉਸਦੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੇ ਪੈਂਤਰੇ ਅਪਣਾਏ ਜਾ ਰਹੇ ਨੇ। ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਅਤੇ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਸੰਭਵ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਅੱਜ ਕਿਸਾਨਾਂ ਦੀ ਫਿਰ ਤੋਂ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋਵੇਗੀ, ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ। ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਜਾਂਦੀਆਂ ਹਨ ਜਾਂ ਨਹੀਂ। ਇਸੇ ਅਪਡੇਟ ਤੇ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਸਹਿਯੋਗੀ ਹਿੰਮਤ ਤੋਂ। ਜੀ ਹਿੰਮਤ, ਅੱਜ ਫਿਰ ਤੋਂ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਵੇਗੀ ਕੇਂਦਰ ਦੇ ਮੰਤਰੀਆਂ ਨਾਲ, ਤੁਹਾਨੂੰ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੁਝ ਸਹਿਮਤੀ ਬਣ ਪਾਵੇਗੀ? ਬਿਲਕੁਲ, ਉਹੀ ਤੁਹਾਨੂੰ ਦੱਸ ਦਈਏ, ਤੀਜੀ ਜਿਹੜੀ ਕਿ ਮੀਟਿੰਗ ਅੱਜ ਸ਼ਾਮ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ, ਉਸੇ ਹੀ ਜਗ੍ਹਾ ਤੇ ਜਿੱਥੇ ਪਹਿਲੀਆਂ ਦੋ ਮੀਟਿੰਗਾਂ ਹੋਈਆਂ ਨੇ। ਤਾਂ ਹੁਣ ਦੇਖਣਾ ਅਹਿਮ ਹੋ ਗਿਆ ਕਿ ਤੀਜੀ ਮੀਟਿੰਗ ਦੇ ਵਿੱਚ ਕੀ ਜਿਹੜੀ ਕਿ ਸਹਿਮਤੀ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਬਣ ਪਾਉਂਦੀ ਹੈ ਜਾਂ ਫਿਰ ਨਹੀਂ ਬਣ ਪਾਉਂਦੀ, ਇਸ ਦੇ ਉੱਤੇ ਨਿਗਾਹ ਰਹੇਗੀ। ਤਾਂ ਇਹਦੇ ਨਾਲ ਹੀ ਜੇਕਰ ਬਾਰਡਰਾਂ ਦੀ ਗੱਲ ਕਰੀਏ ਤਾਂ ਖਨੌਰੀ ਬਾਰਡਰ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ, ਪਹਿਲੇ ਦਿਨ, ਦੂਜੇ ਦਿਨ ਲਗਾਤਾਰ ਸਥਿਤੀ ਜਿਹੜੀ ਕਿ ਤਾਪਮਾਨ ਬਣੀ ਹੋਈ ਸੀ। ਕਈ ਕਿਸਾਨ ਨੇ ਜਿਹੜੇ ਕਿ ਜ਼ਖਮੀ ਹੋਏ ਸੀਗੇ ਤੇ ਕਈਆਂ ਨੂੰ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ, ਤਾਂ ਕੁਛ ਕਿਸਾਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਤਾਂ ਕਈਆਂ ਦੇ ਸਿੱਧੀਆਂ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ ਸੀ, ਤਾਂ ਕਿਸਾਨ ਕਾਫ਼ੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀ, ਤਾਂ ਜਿਹਨਾਂ ਨੂੰ ਹੁਣ ਇਲਾਜ ਆ ਉਹ ਚੱਲ ਰਿਹਾ। ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਮਾਹੌਲ ਆ ਉਹ ਸ਼ਾਂਤ ਨਜ਼ਰ ਆ ਰਿਹਾ, ਕਿਉਂਕਿ ਕੱਲ੍ਹ ਦੀ ਜਿਹੜੀ ਕਿ ਕਿਸਾਨ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ, ਤਾਂ ਅਪੀਲ ਕੀਤੀ ਗਈ ਸੀ ਆਪਣੇ ਨੌਜਵਾਨਾਂ ਦੇ ਅਤੇ ਆਪਣੇ ਕਿਸਾਨ ਆਗੂਆਂ ਨੂੰ ਕਿ ਜਦ ਤੱਕ ਤੀਜੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲ ਕੇ ਨਹੀਂ ਸਾਹਮਣੇ ਆਉਂਦਾ, ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਬਾਰਡਰ ਦੇ ਵੱਲ ਅੱਗੇ ਵਧਣ ਦੀ ਜਿਹੜੀ ਕਿ ਕੋਸ਼ਿਸ਼ ਆ ਉਹ ਨਾ ਕੀਤੀ ਜਾਵੇ। ਤਾਂ ਫਿਲਹਾਲ ਹੁਣ ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਸਥਿਤੀ ਹੈ ਜਿਹੜੀ ਕਿ ਉਹ ਸ਼ਾਂਤ ਹੈ। ਕਿਸਾਨ ਸਵੇਰ ਦਾ ਲੰਗਰ ਪ੍ਰਸ਼ਾਦਾ ਛੱਕ ਰਹੇ, ਨਾਸ਼ਤਾ ਕਰ ਰਹੇ ਨੇ, ਤਾਂ ਹੁਣ ਸ਼ਾਮ 5 ਵਜੇ ਜਿਹੜੀ ਕਿ ਵੇਟ ਆਊਟ ਕੀਤੀ ਜਾਣੀ ਹੈ, ਤਾਂ ਸਾਰੀਆਂ ਦੀ ਨਜ਼ਰਾਂ ਉਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ, ਤਾਂ ਉਸ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਹੈ ਸ਼ਾਮ 5 ਵਜੇ ਤੋਂ ਬਾਅਦ ਜਿਹੜਾ ਕਿ ਕਲੀਅਰ ਹੋ ਪਾਏ। ਜੀ ਹਿੰਮਤ, ਅੱਜ ਕਿਸਾਨਾਂ ਦੇ ਵੱਲੋਂ ਜਿਹੜੇ ਰੇਲਵੇ ਟਰੈਕ ਹੈ ਉਹਨਾਂ ਨੂੰ ਵੀ ਜਾਮ ਕਰਨ ਦੀ, ਉਹਨਾਂ ਨੂੰ ਰੋਕਣ ਦੇ ਲਈ ਗੱਲ ਆਖੀ ਗਈ ਸੀ, ਉਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਵੇਗੀ? ਜੀ ਬਿਲਕੁਲ, ਬੀਕੇ ਜੋ ਗ੍ਰਾਹਕਾਂ ਦੇ ਵੱਲੋਂ ਜਿਹੜਾ ਅੱਜ ਦਾ ਜਿਹੜਾ ਕਿ ਆਪਣਾ ਭਾਰਤ ਬੰਦ ਜਿਹੜਾ ਕਿ ਆਪਣਾ ਸੱਦਾ ਸੀਗਾ ਉਹ ਦਿੱਤਾ ਗਿਆ ਸੀਗਾ, ਤਾਂ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਭਰ ਦੇ ਵਿੱਚ ਜਿਹੜੇ ਕਿ ਟੋਲ ਨੇ ਉਹ ਫ੍ਰੀ ਕੀਤੇ ਜਾਣਗੇ, ਰੇਲਾਂ ਰੋਕੀਆਂ ਜਾਣਗੀਆਂ। ਤਾਂ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਬੀਕੇ ਜੋ ਗ੍ਰਾਹਕਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾਣਾ। ਓਕੇ, ਤਮਾਮ ਜਾਣਕਾਰੀ ਦੇਣ ਲਈ ਧੰਨਵਾਦ। ਤੇ ਅੱਜ ਦੀ ਜਿਹੜੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਵੀ ਸ਼ਾਮਲ ਹੋ ਸਕਦੇ ਨੇ। ਸ਼ਾਮੀ 5 ਵਜੇ ਇਹ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ, ਜਿਸ ਤੋਂ ਬਾਅਦ ਹੀ ਕੋਈ ਕਿਸਾਨਾਂ ਦੇ ਵੱਲੋਂ ਨਿਰਣੇ ਲਿਆ ਜਾਵੇਗਾ। ਕਹਿ ਦੀ ਦੱਸ ਦੇ ਕਿ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਉਹਨਾਂ ਦੀਆਂ ਕੋਈ ਨਵੀਆਂ ਮੰਗਾਂ ਨਹੀਂ ਹਨ, ਪੁਰਾਣੀਆਂ ਮੰਗਾਂ ਹੀ ਨੇ। ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਤੇ ਸਹਿਮਤੀ ਜ਼ਰੂਰ ਦੇਣੀ ਚਾਹੀਦੀ ਹੈ, ਜਿਸ ਤੋਂ ਬਾਅਦ ਹੀ ਉਹ ਇਸ ਅੰਦੋਲਨ ਨੂੰ ਸ਼ਾਂਤ ਕਰਨਗੇ।